ਗੱਲ ਹੋ ਗਿਆ ਕਿ ਡੇਂਗੂ ਕੀ ਹੁੰਦਾ ਇਹ ਇੱਕ ਬਹੁਤ ਖਤਰਨਾਕ ਵਾਇਰਸ ਆ ਤੇ ਜਿਹੜਾ ਕਿ ਇਹ ਪਾਣੀ ਤੋਂ ਫੈਲਦਾ ਵਾ ਤੇ ਇਹਦੇ ਉਪਾਅ ਲਈ ਆਪਾਂ ਕੁਝ ਖਾਸ ਗੱਲਾਂ ਵਾ ਜਿਹੜੀਆਂ ਤੁਹਾਨੂੰ ਦੱਸਣਗੇ ਆ ਇੱਕ ਤਾਂ ਆਪਾਂ ਘਰਾਂ ਦੀਆਂ ਜਿਹੜੀਆਂ ਟੈਂਕੀਆਂ ਵਾ ਉਹਨਾਂ ਵਿੱਚ ਪਾਣੀ ਜਮ੍ਹਾਂ ਨਹੀਂ ਹੋਣ ਦੇਣਾ ਮਤਲਬ ਕਿ ਉਹਨਾਂ ਨੂੰ ਪਾਣੀ ਪਾਈ ਜਿਹੜੀ ਉੱਪਰ ਟੈਂਕੀ ਉਹਨੂੰ ਤਾਂ ਢੱਕ ਕੇ ਰੱਖਣਾ ਵਾ ਅਤੇ ਉਸ ਨੰਗੀ ਨਾ ਹੋਵੇ ਉੱਥੋਂ ਅਤੇ ਦੂਜੀ ਗੱਲ ਆ ਵੀ ਜਿੱਦਾਂ ਆਪਾਂ ਘਰਾਂ ਵਿੱਚ ਗਮਲੇ ਰੱਖਦੇ ਹਾਂ ਅਤੇ ਗਮਲਿਆਂ ਵਿੱਚ ਵੀ ਪਾਣੀ ਜਿਹੜਾ ਉਹ ਖੜਾ ਨਾ ਹੋਵੇ ਅਤੇ ਖੜਾ ਨਹੀਂ ਪਾਣੀ ਹੋਣ ਦੇਣਾ ਕਿਤੇ ਵੀ ਅਤੇ ਘਰ ਦੀ ਸਾਫ਼ ਸਫਾਈ ਵੱਲ ਸਾਰੇ ਖਾਸ ਧਿਆਨ ਦੇਣਾ ਵਾ ਅਤੇ ਜਿਹੜਾ ਆਪਣੇ ਆਲੇ ਦੁਆਲੇ ਕਿ ਲੋਕਾਂ ਨੂੰ ਵੀ ਆਪਾਂ ਆਪਣੇ ਤੋਂ ਇਲਾਵਾ ਲੋਕਾਂ ਨੂੰ ਹੋਰ ਵੀ ਲੋਕਾਂ ਨੂੰ ਦੱਸ ਸਕਦੇ ਹਾਂ ਕਿ ਇਹਦੇ ਇਹ ਤੋਂ ਬਚਣ ਦੀ ਕੀ ਉਪਾਅ ਕਰਨੇ ਆਪਾਂ ਅਤੇ ਇਹ ਬੁਖਾਰ ਜਿਹੜਾ ਵਾ ਇਹਦੇ ਨਾਲ ਜਿਹੜਾ ਸਰੀਰ ਵਾ ਉਹ ਆਕੜ ਜਾਂਦਾ ਵਾ ਇਹਦੇ ਕੁਝ ਕੁ ਲੱਛਣ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਇਹ ਇਹਦੇ ਨਾਲ ਇੱਕਦਮ ਬੁਖਾਰ ਹੋ ਜਾਂਦਾ ਵਾ ਜਿੱਦਾਂ 102-104 ਇੱਥੋਂ ਤੱਕ ਬੁਖਾਰ ਹੋ ਜਾਂਦਾ ਵਾ ਅਤੇ ਸਰੀਰ ਜਿਹੜਾ ਉਹ ਆਕੜ ਜਿਹੜਾ ਪੈਂਦਾ ਵਾ ਹੱਡੀਆਂ ਮਾਸਪੇਸ਼ੀਆਂ ਜਿਹੜੀਆਂ ਉਹਨਾਂ 'ਚ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਅਤੇ ਜਦੋਂ ਇਹ ਕਿਸੇ ਮਨੁੱਖ ਦੇ ਉੱਤੇ ਬਹਿੰਦਾ ਉਹਨੂੰ ਘੱਟਦਾ ਵਾ ਅਤੇ ਉਹ ਵਿਅਕਤੀ ਜਿਹੜਾ ਇਹਦੇ ਸੰਪਰਕ ਵਿੱਚ ਆ ਜਾਂਦਾ ਵਾ ਅਤੇ ਸੋ ਇੰਨੀਆਂ ਗੱਲਾਂ ਮੈਂ ਕਹਿੰਦੀ ਹੋਈ ਅਤੇ ਤੁਹਾਨੂੰ ਬਾਕੀ ਇੱਕ ਹੋਰ ਵਾਇਰਸ ਜਿਹੜਾ ਕਰੋਨਾ ਵਾ ਉੱਥੋਂ ਬਚਣ ਦੇ ਵੀ ਆਪਾਂ ਇੱਕ ਦੂਜੇ ਨੂੰ ਦੂਰੀ ਬਣਾ ਕੇ ਰੱਖਣੀ ਆ ਅਤੇ ਆਪਣੇ ਹੱਥਾਂ ਦੀ ਸਾਫ਼ ਸਫਾਈ ਆਪਣੇ ਘਰ ਦੀ ਸਾਫ਼ ਸਫਾਈ ਅਤੇ ਮੂੰਹ ਢੱਕ ਕੇ ਰੱਖਣਾ ਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ